ਹਾਂਜੀ ਸਤਿ ਸ਼੍ਰੀ ਅਕਾਲ ਜੀ। ਉਮੀਦ ਕਰਦਾ ਹਾਂ ਸਾਰੇ ਜਣੇ ਚੜ੍ਹਦੀ ਕਲਾ 'ਚ ਹੋਗੇ, ਤੰਦਰੁਸਤ ਹੋਵੋਗੇ ਅਤੇ ਬਹੁਤ ਜ਼ਿਆਦਾ ਖੁਸ਼ ਹੋਵੋਗੇ ਅਤੇ ਇਤਿਹਾਸ ਦੇ ਬਦਲੋ। ਵੀਡੀਓ ਦਾ ਟੋਪਿਕ ਸੁਣਨ ਤੁਸੀਂ ਦੇਖ ਲਿਆ ਨੋਨ SDS ਫੰਡਸ ਦੀ ਠੱਗੀ। ਇਹ ਚੈਨਲ ਤੁਹਾਡਾ ਹੀ ਹੈ, ਅਵੇਅਰਨੈਸ ਤੌਰ 'ਤੇ, ਨੌਲੇਜ ਤੌਰ 'ਤੇ ਹੀ ਮੈਨੂੰ ਇਹ ਹੁੰਦਾ ਕਿ ਮੈਂ ਵੱਧ ਤੋਂ ਵੱਧ ਬੱਚਿਆਂ ਨੂੰ ਨੌਲੇਜ ਦੇ ਸਕਾਂ ਜਿੰਨੀ ਕੁ ਮੇਰੇ 'ਚ ਸ਼ਮਤਾ ਹੁੰਦੀ ਹੈ। ਅਤੇ ਇਹ ਟੋਪਿਕ ਬਹੁਤ ਇੰਪੋਰਟੈਂਟ ਆ, ਬਹੁਤ ਵਾਰੀ ਵੀਡੀਓ ਮੈਂ ਅਪਲੋਡ ਕਰ ਚੁੱਕਿਆ ਨੋਨ SDS ਫੰਡਸ ਕਿਵੇਂ ਲੱਗਣਗੇ, ਕਿੰਨੇ ਕੁ ਚਾਹੀਦੇ ਨੇ, ਕਿੰਨੇ ਕੁ ਨਹੀਂ ਚਾਹੀਦੇ, ਕਿੱਦਾਂ ਤੁਸੀਂ ਵੀਕ ਪ੍ਰੋਫਾਈਲ ਨੂੰ ਸਟਰੋਂਗ ਬਣਾ ਸਕਦੇ ਹੋ। SOP ਬਾਰੇ ਸਭ ਤੋਂ ਜ਼ਿਆਦਾ ਵੀਡੀਓ ਜਿੰਨੀਆਂ ਮੇਰੇ ਚੈਨਲ ਦੇ ਨੇ, ਮੈਂ ਨਹੀਂ ਮੰਨਦਾ ਵੀ ਕਿਸੇ ਹੋਰ 'ਚ ਹੋਣਗੀਆਂ। ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖੋ, ਚੈਨਲ ਸਬਸਕ੍ਰਾਈਬ ਦੇ ਨਾਲ ਨਾਲ ਇਹ ਬੈਲ ਆਈਕਨ ਜ਼ਰੂਰ ਦਬਾ ਦਿਓ ਅਤੇ ਨੋਟੀਫਿਕੇਸ਼ਨ ਔਨ ਕਰੋ ਜਦੋਂ ਮੈਂ ਮੇਰੀ ਕੋਈ ਵੀਡੀਓ ਅਪਲੋਡ ਹੋਵੇ ਤਾਂ ਤੁਹਾਨੂੰ ਨੋਟੀਫਿਕੇਸ਼ਨ ਆ ਜਾਏ। ਸ਼ੇਅਰ ਜ਼ਰੂਰ ਕਰਿਓ ਕਿਉਂਕਿ ਬਹੁਤ ਗੜਬੜ ਹੁੰਦੀ ਇਸ 'ਚ, ਕਰਦਾ ਸਿਰਫ ਇੱਕ ਏਜੰਟ ਹੈ ਜਿਸ ਕਰਕੇ ਸਾਰੇ ਬਾਕੀ ਦੇ ਵੀ ਜਿਹੜੇ ਸਹੀ ਨੇ ਉਹਨਾਂ ਨੂੰ ਵੀ ਭੁਗਤਣਾ ਪੈਂਦਾ। SDS ਕੈਟਾਗਰੀ ਸਟੂਡੈਂਟ ਐਕਸਟ੍ਰੀਮ ਅਤੇ ਨੋਨ SDS ਕੈਟਾਗਰੀ, ਜਲਦੀ ਜਲਦੀ ਪਹਿਲਾਂ ਤਾਂ ਸਮਝੋ ਕੀ ਫਰਕ ਹੈ। SDS ਕੈਟਾਗਰੀ ਪਹਿਲਾਂ ILS ਦੀ ਹੁੰਦੀ ਸੀ, ਨੋਨ SDS PT ਦਾ ਹੁੰਦਾ ਸੀਗਾ, ਹੁਣ SDS ਕੈਟਾਗਰੀ ਕੀ ਹੈ? ਓਵਰਆਲ ILS 'ਚੋਂ 6, PT 'ਚੋਂ ਓਵਰਆਲ 60, ਨੋਟ ਲੈਸ ਦੈਨ ILS ਜਿੰਨੇ ਮਰਜ਼ੀ ਹੋਣ, ਨੋਟ ਲੈਸ ਦੈਨ PT ਜਿੰਨੇ ਮਰਜ਼ੀ ਹੋਣ, SDS ਕੈਟਾਗਰੀ ਹੈ। ਸਾਲ ਦੀ ਫੀਸ ਹੈ GIC ਔਰ GIC ਕਹਿਣਾ ਛੱਡ ਦਿਓ, ਹੁਣ GIC ਹੀ ਹੈ ਨੋਰਮਲ, ਇਹ ਡਬਲ ਏ ਹੋ ਗਿਆ ਨਾ। ਸਾਲ ਦੀ ਫੀਸ ਹੋਗੀ, GIC ਹੋਗੀ, ਅਤੇ ਫਾਈਨੈਂਸ਼ੀਅਲਸ ਤੁਹਾਡੇ ਨਹੀਂ ਲੱਗਦੇ ਐਜ਼ ਫਾਰ ਐਜ਼ ਅਗਰ ਤੁਹਾਡੇ ਕੋਲ FD ਵਗੈਰਾ ਹੈਗੀ ਹੈ, ਯੂ ਕੈਨ ਪੁੱਟ ਦੈਟ ਥਿੰਗ ਇਨ ਯੂਅਰ ਫਾਈਲ ਤਾਂ ਕਿ ਤੁਹਾਡੀ ਰਿਜੈਕਸ਼ਨ ਨਾ ਆ ਸਕੇ, ਜਾਂ ਕਮਜ਼ੋਰ ਫਾਈਲਾਂ ਵਾਲੇ ਹੀ ਬੱਚੇ ਲਗਾ ਸਕਦੇ ਜਿਹਦੀ 2 ਵਾਰੀ ਰਿਜੈਕਸ਼ਨ ਹੈ, 3 ਵਾਰੀ ਰਿਜੈਕਸ਼ਨ ਹੈ। ਨੋਨ SDS ਦੇ ਵਿੱਚ 6 ਮਹੀਨੇ ਦੀ ਫੀਸ ਜਾਂਦੀ ਹੈ, GIC ਨਹੀਂ ਜਾਂਦਾ, ਅਤੇ ਨੈਕਸਟ ਈਅਰ ਦੀ ਫੀਸ ਜਿੰਨੀ ਹੋਊਗੀ 8 ਲੱਖ, 9 ਲੱਖ, 10 ਲੱਖ, 12 ਲੱਖ, 15 ਲੱਖ, ਡਿਪੈਂਡਿੰਗ ਅਪਾਊਂਟ ਨੈਕਸਟ ਈਅਰ ਫੀਸ, ਡਿਪੈਂਡਿੰਗ ਅਪਾਊਂਟ ਯੂਅਰ ਫਾਈਨੈਂਸ਼ੀਅਲ ਸਟੇਬਿਲਿਟੀ, ਤੁਸੀਂ ਕਿੰਨੀ ਕਮਾਉਂਦੇ ਹੋ ਉਹ ਤੁਹਾਡੇ ਫੰਡ ਸ਼ੋ ਹੁੰਦੇ ਨੇ। ਬਟ ਫਿਰ ਵੀ ਨੋਨ SDS ਦੇ ਵਿੱਚ ਆਪਾਂ ਕੀ ਕਰਦੇ ਹਾਂ, GIC ਪੇ ਕਰ ਦਿੰਦੇ ਹਾਂ, ਸਾਲ ਦੀ ਫੀਸ ਕਰਦੇ ਹਾਂ, ਫੰਡਸ ਮੈਡੇਟਿਡ ਉਹ ਵੀ ਸ਼ੋ ਕਰਦੇ ਹਾਂ ਤਾਂ ਕਿ ਆਪਣੀ ਫਾਈਲ ਸਟਰੋਂਗ ਹੋ ਜਾਏ। ਇਹ ਜਿਹੜਾ ਬੱਚਾ ਹੈ, ਬੱਚੇ ਦੀ ਪ੍ਰੋਫਾਈਲ ਕੀ ਹੈ, ਬੱਚੇ ਦਾ ਮੈਂ ਨੇਮ ਨਹੀਂ ਲਊਂਗਾ, ਨਾ ਹੀ ਮੈਂ ਏਜੰਟ ਦਾ ਨੇਮ ਲਊਂਗਾ, ਸਮਝ ਲਿਓ ਤੁਸੀਂ, ਠੀਕ ਹੈ। PT 'ਚੋਂ ਓਵਰਆਲ 57, ਨੋਟ ਲੈਸ ਦੈਨ 55, ਸਭ ਠੀਕ ਹੈ। ਫਾਈਨੈਂਸ਼ੀਅਲਸ ਬੱਚੇ ਦੇ ਪਤਾ ਕਰੇ, ਇੰਨਾ ਜ਼ਿਆਦਾ ਸਟਰੋਂਗ ਨਹੀਂ ਸੀਗੇ, ਔਰ 50 ਲੱਖ ਫੰਡ ਸ਼ੋ ਕਰੇ, ਜਿਹੜਾ ਕਿ ਸਵਾਲ ਖੜਾ ਹੁੰਦਾ ਫੰਡਸ ਨੂੰ ਲੈ ਕੇ। ਅੰਬੈਸੀ ਬਹੁਤ ਸਟ੍ਰਿਕਟ ਚੱਲ ਰਹੀ ਹੈ, ਜਿਹੜੀਆਂ ਫਾਈਲਾਂ ਨੂੰ ਕਾਫੀ ਜ਼ਿਆਦਾ ਟਾਈਮ ਲੱਗ ਰਿਹਾ ਉਹਨਾਂ ਨੂੰ ਵੀ FPL ਆ ਰਹੇ ਨੇ, ਬਟ ਸਾਰਿਆਂ ਨੂੰ ਨਹੀਂ ਆ ਰਹੇ, ਵੈਰੀਫਿਕੇਸ਼ਨ ਹੋ ਰਹੀ ਹੈ। ਕਈ ਵਾਰੀ ਏਜੰਟ ਕੀ ਕਰਦਾ, ਜਾਂ ਏਜੰਟ ਕਹਿ ਦਿੰਦਾ ਕਿ ਮੈਂ ਨਹੀਂ ਫੰਡ ਸ਼ੋ ਕਰਨੇ, ਤੁਸੀਂ ਫਾਈਨੈਂਸਰ ਤੋਂ ਜਾਓ, ਏਜੰਟ ਦੀ ਗੜਬੜ ਹੁੰਦੀ ਹੈ ਕਈ ਵਾਰੀ, ਕਈ ਵਾਰੀ ਨਹੀਂ ਹੁੰਦੀ, ਕਈ ਵਾਰੀ ਬੱਚੇ ਨੂੰ ਹੁੰਦਾ ਵੀ 10-15 ਹਜ਼ਾਰ ਰੁਪਏ ਪਿੱਛੇ ਵੀ ਭਾਈ ਜੀ FD ਦੇ ਉੱਤੇ OD ਕਰਾ ਲਓ, ਫਿਕਸ ਡਿਪੋਜ਼ਿਟ ਕਰਿਆ 10 ਲੱਖ ਦੀ ਜਗ੍ਹਾ 2 ਲੱਖ ਧਰਿਆ, FD ਦੇ ਉੱਤੇ OD ਹੋਗੀ, 8 ਲੱਖ ਵਾਪਸ ਲੈ ਲਿਆ। ਅਗਰ ਜਦੋਂ ਵੈਰੀਫਿਕੇਸ਼ਨ ਹੁੰਦੀ ਹੈ ਫਿਰ ਉੱਥੇ ਖਾਤੇ 'ਚ 2 ਲੱਖ ਬੋਲਿਆ, ਜਿਸ ਕਰਕੇ FPL ਦੇ ਤੌਰ 'ਤੇ ਤੁਹਾਨੂੰ ਬੈਨ ਲੱਗ ਜਾਂਦਾ, ਜਿਹੜਾ ਸਹੀ ਬੱਚਾ ਉਹ ਵੀ ਭੁਗਤਦਾ। ਸੋ ਮੇਰੀ ਗੱਲ, ਮੇਰਾ ਮੇਨ ਮੋਟਿਵ ਇਹੀ ਹੈ, ਇਹਨਾਂ ਕਰਕੇ ਬਾਕੀ ਸਾਰਾ ਸਟੂਡੈਂਟ ਭੁਗਤਦਾ, ਚਾਹੇ ਪੰਜਾਬ 'ਚ ਹੈ ਚਾਹੇ ਬਾਹਰ ਹੈ। ਫਿਰ ਆਪਾਂ ਕਹਿੰਦੇ ਜੀ ਪੰਜਾਬ ਖਾਲੀ ਕਰ ਦਿਓ, ਤਾਂ ਕਸੂਰਵਾਰ ਕੌਣ ਹੈ ਜੀ? ਕਸੂਰਵਾਰ ਕੀ ਆਪਣਾ 10-15 ਹਜ਼ਾਰ ਰੁਪਏ, ਸਿਰਫ 10-15 ਹਜ਼ਾਰ ਰੁਪਏ ਪਿੱਛੇ 20-25 ਲੱਖ ਤੁਸੀਂ ਲਾ ਦਿੰਦੇ ਹੋ, 15-20 ਹਜ਼ਾਰ ਦੀ ਕਿੱਡੀ ਕੁ ਗੱਲ ਹੈ ਵਿਆਜ ਦੀ? ਉੱਥੇ ਜਾ ਕੇ ਤੁਹਾਡੇ ਬੱਚੇ ਨੇ ਕਮਾ ਤਾਂ ਲੈਣਾ, ਤੁਸੀਂ 15-20 ਹਜ਼ਾਰ ਰੁਪਇਆ ਰਿਸਕ ਕਰੋ 25 ਲੱਖ 'ਤੇ। ਮੈਂ ਕਹਿੰਦਾ ਤੁਹਾਡੇ ਵਰਗਾ ਬੇਵਕੂਫ਼ ਬੇਅਕਲ ਬੰਦਾ ਕੋਈ ਦੁਨੀਆ 'ਤੇ ਨਹੀਂ ਹੋਊਗਾ। ਜੇ ਫੀਸ ਤੁਸੀਂ 50 ਹਜ਼ਾਰ ਵੱਧ ਹੁੰਦੀ ਫਿਰ ਵੀ ਤਾਂ ਭਰਦੇ, ਹੁਣ GIC ਡਬਲ ਹੋ ਗਈ ਫਿਰ ਵੀ ਤਾਂ ਭਰਦੇ, 15-20 ਹਜ਼ਾਰ ਦੇ ਵਿਆਜ ਪਿੱਛੇ ਆਪਾਂ ਕਹਿ ਦਿੰਦੇ ਹਾਂ ਜੀ ਨਾ ਨਾ ਜੀ ਉਦੋਂ ਲਾਉਣੀ ਜਦੋਂ ਅੰਬੈਸੀ 'ਚ ਫਾਈਲ ਆਊਗੀ 4 ਦਿਨ ਪਹਿਲਾਂ, ਮਹੀਨਾ ਪੁਰਾਣੇ ਰੱਖ ਕੇ ਫਿਰ ਅੰਬੈਸੀ 'ਚ ਫਾਈਲ ਲਾਓ, ਜਦੋਂ ਅੰਬੈਸੀ ਪੁੱਛੂਗੀ ਤੁਹਾਨੂੰ ਕੋਈ ਪ੍ਰੋਬਲਮ ਨਾ ਹੋਵੇ। ਚੋਰੀ ਦਾ ਪੁੱਤ ਕਦੇ ਗੱਭਰੂ ਨਹੀਂ ਹੁੰਦਾ, ਤੁਸੀਂ ਸੱਚੇ ਹੋ, ਤੁਸੀਂ ਜਿੱਥੇ ਮਰਜ਼ੀ ਖੜ੍ਹ ਜਾਓ, ਤੁਹਾਨੂੰ ਕੋਈ ਪ੍ਰੋਬਲਮ ਨਹੀਂ, ਜਿੰਨੇ ਮਰਜ਼ੀ FPL 100 ਫੇਅਰਸ ਪ੍ਰੋਸੀਜਰ ਲੈਟਰ ਆਉਣ, ਤੁਸੀਂ ਸਹੀ ਹੋ, ਯੂ ਆਰ ਰੈਡੀ ਟੂ ਡਿਸਕ੍ਰਾਈਬ ਯੂਅਰ ਟਰੁੱਥ, ਜਦੋਂ ਤੁਸੀਂ ਟਰੁੱਥ, ਤੁਸੀਂ ਸੱਚੇ ਹੋ। 50 ਲੱਖ ਸ਼ੋਅ ਕਰਤਾ ਅਤੇ ਕਮਾਈ
ITR ਕੀ ਸੀਗਾ ਬੱਚੇ ਨੂੰ ਮੈਂ ਪਤਾ ਕਰਿਆ, ITR ਕਹਿੰਦੇ ਜੀ ਨਿੱਲ ਦੀਆਂ ਨੇ, ਤੁਸੀਂ ਪਾਗਲ ਹੋ, ਤੁਸੀਂ ਤੁਹਾਡੇ ਕੋਲ ਪੈਸੇ ਕਿੱਥੋਂ ਆ ਗਏ ਨੇ 50 ਲੱਖ ਰੁਪਇਆ, ITR ਤੁਹਾਡੀ ਨਿੱਲ ਦੇ ਨੇ, CA ਵੈਲਿਊਏਸ਼ਨ ਜਿਹੜੀ ਤੁਹਾਡੀ ਬਣੀ ਹੈ ਉਹ 1 ਕਰੋੜ 25-30 ਲੱਖ ਤੋਂ ਥੋੜ੍ਹੀ ਟੱਪੀ ਦੀ, ਪੈਸਾ ਕਿੱਥੋਂ ਆ ਗਿਆ? ਏਜੰਟ ਨੇ ਸੋਚਿਆ ਜੀ ਮੈਂ ਆਪਦਾ ਸ਼ੋਅ ਕਰੂੰਗਾ, ਮੈਂ ਕਹਿੰਦਾ ਏਜੰਟ ਤਾਂ ਜਮੀ ਬਿਲਕੁਲ ਬੇਵਕੂਫ ਹੈ, ਉਦੋਂ ਜ਼ਿਆਦਾ ਸਿਆਣਾ ਮੈਂ ਕਹਿੰਦਾ ਬੱਚਾ ਬੇਵਕੂਫ ਹੈ, ਉਦੋਂ ਤਾਂ ਤੁਸੀਂ ਬਹੁਤ ਕਮੈਂਟਾਂ ਕਰਦੇ ਹੋ ਬੱਚਿਆਂ ਨੂੰ, ਲੋਕਾਂ ਨੂੰ ਕਰਦੇ ਹੋ, ਇਹ ਆਏ ਹੋ ਗਏ ਜੀ, ਉਹ ਹੋ ਗਿਆ ਜੀ, ਫਲਾਣਾ ਹੋ ਗਿਆ, ਧਮਕੋ, ਇੱਥੇ ਤੁਸੀਂ ਬੇਵਕੂਫ ਬਣ ਗਏ, ਤੁਸੀਂ ਏਜੰਟ ਦੇ ਸਿੱਟਤੀ ਗੱਲ। ਮੈਂ ਕਹਿੰਦਾ ਏਜੰਟ ਵੀ ਬਿਲਕੁਲ ਬੇਵਕੂਫ ਹੈ, 8-9 ਲੱਖ ਹੀ ਤੁਸੀਂ ਫੰਡ ਸ਼ੋਅ ਕਰੋਗੇ, ਜੇ ਬਾਹਲਾ ਪੈਸਾ ਘਰੋਂ ਨਿਕਲਿਆ ਯਾਰ 10-11 ਲੱਖ ਸ਼ੋਅ ਕਰ ਸਕਦੇ ਹੋ, ਡਿਪੈਂਡਿੰਗ ਅਪੋਨ ਯੋਰ ਨੈਕਸਟ ਈਅਰ ਫੀਸ, ਫਾਈਲ ਕਮਜ਼ੋਰ ਆ ਤਾਂ, ਇਹ ਨਹੀਂ ਵੀ ਤੁਹਾਡੀ ਫਾਈਲ ਕਮਜ਼ੋਰ ਹੈ ਯਾਰ, ਤੁਹਾਡੇ ਇੱਦਾਂ ਤੁਹਾਡੇ 50 ਆ ਜਾਣ PT 'ਚ ਓਵਰਆਲ, ਤੁਸੀਂ 2 ਕਰੋੜ ਕਰ ਦਿਓਗੇ, ਉੱਥੇ ਰੇਡ ਮਰਵਾਉਣੀ ਤੁਸੀਂ ਆਪਦੇ 'ਤੇ, ਤੁਸੀਂ ਨਹੀਂ ਸ਼ੋਅ ਕਰ ਸਕਦੇ। ਜਿੰਨਾ ਤੁਹਾਡੇ ਕੋਲ ਕਮਾਈ ਤੁਸੀਂ 5-6 ਲੱਖ ਦੀ, ਤੁਸੀਂ ITR ਭਰ ਦਿਓ ਨਿੱਲ ਦੀ, ਤੁਹਾਡੇ 50 ਲੱਖ ਰੁਪਇਆ ਤੁਹਾਡੇ ਖਾਤੇ 'ਚ ਕਿੱਥੋਂ ਆ ਗਿਆ? ਔਰ 50 ਵੀ ਨਹੀਂ ਹੈਗਾ, ਉਹ ਹੈ ਹੀ 3-4 ਲੱਖ ਰੁਪਇਆ। ਉੱਥੇ ਪਤਾ ਸਭ ਆ, ਅਸੀਂ ਕਰਦੇ ਨਹੀਂ ਹੈਗੇ, ਗੜਬੜਾਂ ਦਾ ਪਤਾ ਸਭ ਹੁੰਦਾ, ਅਸੀਂ ਇਹਨਾਂ ਚੀਜ਼ਾਂ 'ਚੋਂ ਲੰਘੇ ਹਾਂ। ਤਾਂ ਖਾਤੇ 'ਚ ਪੈਸੇ, ਸਭ ਤੋਂ ਸਹੀ ਤਰੀਕਾ ਕੀ ਹੈ ਜੀ? ਏਜੰਟ ਨੂੰ ਛੱਡੋ, ਮੈਂ ਕਹਿੰਦਾ ਏਜੰਟ ਲੱਖ ਚੰਗਾ ਕੁਛ ਵੀ, ਮੈਂ ਵੀ ਜੋ ਸਲਾਹ ਦਿੰਦਾ ਬੱਚਿਆਂ ਨੂੰ, ਆਪਦੇ ਆੜ੍ਹਤੀ ਕੋਲ ਜਾਓ, ਜ਼ਮੀਨ ਜਾਇਦਾਦ ਤਾਂ ਹੈਗੀ ਹੈ ਜੀ ਆਪਣੇ ਕੋਲ, ਆੜ੍ਹਤੀ ਕੋਲ ਜਾ ਕੇ 1.5-1.5 ਰੁਪਏ ਦੇ ਤੁਸੀਂ ਵਿਆਹ 'ਤੇ ਪੈਸੇ ਚੱਕ ਲਓ। ਮੈਂ ਕਹਿੰਦਾ ਚਾਹੇ 2 ਰੁਪਏ 'ਤੇ ਹੀ ਚੱਕ ਲਓ, ਪੈਸੇ ਤਾਂ ਜੈਨੂਨ ਪੈਸਾ ਜੀ, ਸਾਡੇ ਜੈਨੂਨ ਫੰਡ ਨੇ, ਜੈਨੂਨ ਫੰਡ ਨੇ ਕਿ ਉਹਦੇ ਵਿੱਚ ਇੱਕ ਫੋਟੋ ਦੇ ਵਿੱਚ ਦੱਸੋ ਕਿ ਇੱਕ ਨੋਟ ਦੇ ਵਿੱਚ ਦੋ ਗਾਂਧੀ ਆ ਗਏ ਜਾਂ ਗਾਂਧੀ ਪੱਗ ਬੰਨਣ ਲੱਗ ਗਿਆ, ਵੀ ਜ਼ਿਆਦਾ ਜੈਨੂਨ ਫੰਡ ਹੋ ਗਏ ਉਹ। ਜੈਨੂਨ ਫੰਡ ਕੁਛ ਨਹੀਂ ਹੁੰਦੇ ਹੈਗੇ, ਖਾਤੇ 'ਚ ਪੈਸੇ ਤੁਹਾਡੇ ਰੱਖੇ ਹੋਏ ਨੇ ਉਹਨੇ ਦੇ ਉਨੇ ਹੀ ਹੋਣ, 10-10 ਲੱਖ ਹੀ ਹੋਵੇ, ਉਹ ਜੈਨੂਨ ਨੇ। ਇਹ ਜਣਾ ਕਹਿੰਦੇ ਜੀ ਮੇਰੇ ਵੱਲੋਂ ਮੈਂ ਸ਼ੋਅ ਕਰੂੰਗਾ ਜੀ, ਮੈਂ ਫੰਡ ਜੈਨੂਨ ਕਰੂੰਗਾ, ਉਹ ਭਾਈ ਯਾਰ ਤੂੰ ਨੇਪਾਲ ਦੇ ਬਾਰਡਰ ਤੋਂ ਲੈ ਕੇ ਆਏ ਪੈਸੇ। ਤਾਂ ਇਹ ਚੀਜ਼ਾਂ ਸਹੀ ਨੇ, ਖਾਤੇ 'ਚੋਂ ਪੈਸੇ ਸ਼ੋਅ ਕਰੋ, ਆਪਣੇ ਭੈਣ ਭਰਾ ਤੋਂ ਲੈ ਲਓ, ਹੱਥ ਦਰ ਫੜ ਲਓ, ਅਗਲੇ ਨੂੰ 2 ਰੁਪਏ ਵਿਆਹ ਦੇ ਲਓ, ਕਿਸੇ ਦਾ ਅਹਿਸਾਨ ਨਾ ਲਓ, ਬਾਜੋ ਅਗਲਾ ਕਹਿੰਦਾ ਮੇਰੇ ਕਰਕੇ ਗਿਆ, ਜੇ ਅਹਿਸਾਨ ਤੁਸੀਂ ਅਹਿਸਾਨ ਦਾ ਭਾਰ ਨਹੀਂ ਚੱਕ ਸਕਦੇ, ਵਿਆਜ ਦੇ ਪੈਸੇ ਚੱਕ ਲਓ, 1.5-2 ਰੁਪਏ 8 ਰੁਪਏ ਦੀ ਬਿਲਕੁਲ ਸਹੀ ਸਕੀਮ ਹੈ। ਅੰਬੈਸੀ 'ਚ ਫਾਈਲ ਆਉਣ ਤੋਂ 10-12 ਦਿਨ ਪਹਿਲਾਂ ਅੰਬੈਸੀ 'ਚ ਲਾਓ, ਜੇ ਅੰਬੈਸੀ ਨੇ ਮੰਗ ਲਈ ਵੀ ਮਹੀਨਾ ਪਹਿਲਾਂ, ਤੁਸੀਂ ਦਿਖਾਓ ਤੁਹਾਡੇ ਖਾਤੇ 'ਚ ਕਿੰਨੇ ਨੇ, ਮਹੀਨਾ ਪਹਿਲਾਂ ਸਾਡੇ ਖਾਤੇ 'ਚ ਠੈਂਠਾ ਗੋਪਾਲ ਹੈ, ਸਮਝੋ ਚੀਜ਼ਾਂ ਨੂੰ। ਤਾਂ ਅੰਬੈਸੀ 'ਚ ਫਾਈਲ ਆਉਣ ਤੋਂ ਪਹਿਲਾਂ ਮਹੀਨਾ ਪਹਿਲਾਂ ਤੁਹਾਡੇ ਖਾਤੇ 'ਚ ਪੈਸੇ ਹੋਣ। 1000 ਚੋਂ 1 ਅੱਧੇ ਬੱਚੇ ਨੂੰ ਹੀ ਪੁੱਛਿਆ ਜਾਂਦਾ, ਮੈਂ ਨਹੀਂ ਚਾਹੁੰਦਾ ਵੀ ਉਹ ਬੱਚਾ ਤੁਸੀਂ ਹੋਵੇ। ਮੇਰੀ ਵੀਡੀਓ ਦੇਖ ਲਓ ਤਾਂ ਮੇਰੀ ਕੋਸ਼ਿਸ਼ ਇਹ ਹੈ ਵੀ ਘੱਟੋ ਘੱਟ ਉਹਦੇ ਨੌਲੇਜ ਲੈ ਕੇ ਹੀ ਤੁਸੀਂ ਅੱਗੇ ਵਧੋ, ਬੀ ਪ੍ਰੈਕਟੀਕਲ, ਠੀਕ ਹੈ, ਬੀ ਜੈਨੂਨ, ਬੀ ਨੌਲੇਜਬਲ। ਬਾਕੀ ਫਿਰ ਵੀ ਤੁਹਾਡੇ ਦਿਮਾਗ 'ਚ ਕੋਈ ਵੀ ਕੁਐਸਚਨ ਆਵੇ ਤੁਸੀਂ ਨੀਚੇ ਕਮੈਂਟ ਕਰਕੇ ਆਪਣੇ ਸਵਾਲਾਂ ਦਾ ਜਵਾਬ ਲੈ ਸਕਦੇ ਹੋ। ਬਾਕੀ ਨੈਕਸਟ ਵੀਡੀਓ 'ਚ ਗੱਲ ਕਰਾਂਗੇ, ਟਿਲ ਦੈਨ ਟੇਕ ਕੇਅਰ, ਗੁੱਡ ਬਾਏ, ਰੱਬ ਰੱਖਾ।